जिहड़ा चेहरा हुण तुसीं अपनी स्क्रीन दे उपर देख रहे हो यह भैन कमलजीत कौर का चेहरा वा। भैन कमलजीत 1996 दे विच घर दे विच स्टोव फट गया सी, अग लग गई सी, पूरा चेहरा पूरी बॉडी उपरला सारा हिस्सा हथ दोनों बाहां गर्दन सारा चेहरा सब कुछ मच गया सी। वाहिगुरु जी का खालसा वाहिगुरु जी की फतेह। गुरु प्यारे हो, मनुखता की सेवा सब तो वड्डी सेवा। सोसाइटी के परिवार में कुछ दिन पहला एक भैन आई सी जिसका शरीर घर दे विच एक हादसे दे विच झुलस गया सी। भैन कमलजीत कौर दे परिवार की आर्थिक हालत ठीक ना होने दे चलदिआं इन्हां नूं बहुत सारिया तकलीफां दा सामना जिंदगी विच करना पिया। पति नूं भी कई उताव चढ़ाव जिंदगी झेलने पे ते नाल हुण दो बच्चे भी ने, पर जद सारे दरवाजे इन्हां वास्ते बंद हो गए सन तां इन्हां दे ज़हन विच आया बाबे नानक दा दर, भाई गुरप्रीत सिंह जी मिंटू दा नाम। ते हुण बहुत खुशी दी गल है कि इस भैण नूं उस दे रोज़ दे दर्द तो कितना ना कितने निजात जरूर मिल जाएगी, क्योंकि सर्जरी भैण दी हो गई है। संगतां दीआं अरदासां दे करके, संगतां दे सहयोग दे करके, आओ मार दे एक नज़र की कह रहे ने वीर गुरप्रीत सिंह मिंटू। वाहेगुरु जी का खालसा वाहेगुरु जी की फतेह। ਜਿਹੜਾ ਤੁਸੀਂ ਤਸਵੀਰ ਨੂੰ ਦੇਖਿਆ ਆਪਣੀ ਅਤੇ ਜਿਹੜਾ ਚਿਹਰਾ ਹੁਣ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹ ਭੈਣ ਕਮਲਜੀਤ ਕੌਰ ਦਾ ਚਿਹਰਾ ਵਾ। ਭੈਣ ਕਮਲਜੀਤ 1996 ਦੇ ਵਿੱਚ ਘਰ ਦੇ ਵਿੱਚ ਸਟੋਵ ਫਟ ਗਿਆ ਸੀ, ਅੱਗ ਲੱਗ ਗਈ ਸੀਗੀ, ਪੂਰਾ ਚਿਹਰਾ ਪੂਰੀ ਬੋਡੀ ਉੱਪਰਲਾ ਸਾਰਾ ਹਿੱਸਾ ਹੱਥ ਦੋਨੇ ਬਾਹਾਂ ਗਰਦਨ ਸਾਰਾ ਚਿਹਰਾ ਸਭ ਕੁਛ ਮੱਚ ਗਿਆ ਸੀਗਾ। ਪੜ੍ਹੀ ਲਿਖੀ ਭੈਣ ਆ, ਉਸ ਟਾਈਮ ਪੜ੍ਹਦੀ ਸੀ, ਚੰਗੇ ਪਰਿਵਾਰ ਨੂੰ ਬਿਲੋਂਗ ਕਰਦੀ ਸੀ। ਇਹਦੇ ਫਾਦਰ ਸਾਹਿਬ ਚਾਹੁੰਦੇ ਸੀ ਕਿ ਪੜ੍ਹ ਲਿਖ ਕੇ ਇੱਕ ਚੰਗੀ ਵਧੀਆ ਨੌਕਰੀ ਕਰੇ, ਪਰ ਸ਼ਾਇਦ ਸਮੇਂ ਨੂੰ ਇਹ ਮਨਜ਼ੂਰ ਨਹੀਂ ਸੀ, ਸ਼ਾਇਦ ਉਸ ਵਾਹਿਗੁਰੂ ਨੇ ਇਹਦੀ ਕਿਸਮਤ ਦੇ ਵਿੱਚ ਕੁਛ ਹੋਰ ਲਿਖਿਆ ਹੋਇਆ ਸੀ। ਉਸ ਤੋਂ ਬਾਅਦ ਭੈਣ ਦੀ ਸਰਜਰੀ ਹੋਈ, ਘਰ ਦੇ ਵਿੱਚ ਗਰੀਬੀ ਵੀ ਸੀਗੀ ਅਤੇ ਜਿੰਨੀ ਕਰਾ ਸਕੇ ਇਹਦੇ ਫਾਦਰ ਸਾਹਿਬ ਉਨਾ ਕੁ ਉਹਨਾਂ ਨੇ ਇਹਨਾਂ ਦਾ ਟ੍ਰੀਟਮੈਂਟ ਕਰਾਇਆ। ਉਸ ਟਾਈਮ 96 ਦੇ ਵਿੱਚ ਪ੍ਰੋਪਰ ਟ੍ਰੀਟਮੈਂਟ ਨਾ ਹੋਣ ਕਰਕੇ ਤਾਂ ਪੂਰਾ ਮੂੰਹ ਆ ਜਿਹੜਾ ਥੱਲੇ ਜੁੜ ਗਿਆ ਸੀ, ਅਤੇ ਜਿਵੇਂ ਟਾਂਕੇ ਲਾਏ ਸਕਿੰਨ ਇਕੱਠੀ ਕਰਕੇ ਵਿੱਚੇ ਉਵੇਂ ਉਹਨਾਂ ਨੇ ਹਫੜਾ ਦਫੜੀ ਦੇ ਵਿੱਚ ਉੱਥੇ ਟ੍ਰੀਟਮੈਂਟ ਕਰਤਾ, ਜਿਹਦੇ ਕਰਕੇ ਉਸ ਤੋਂ ਬਾਅਦ ਚਲੋ ਭੈਣ ਦੀ ਸ਼ਾਦੀ ਹੋ ਗਈ ਅਤੇ ਦੋ ਬੱਚੇ ਹੋ ਗਏ। ਖਾਲਸਾ ਜੀ ਜਿਹੜੇ ਇਹਨਾਂ ਦੇ ਹਸਬੈਂਡ ਨੇ ਇਹ ਵੀ ਕੁਛ ਇਹਨਾਂ ਦੇ ਵੀ ਹਾਲਾਤ ਠੀਕ ਨਹੀਂ ਸੀ, ਵਿਆਹ ਤੋਂ ਬਾਅਦ ਕਾਫੀ ਕਹਿ ਦੀ ਜ਼ਿੰਦਗੀ ਦੇ ਵਿੱਚ ਉਤਰਾਅ ਚੜ੍ਹਾਅ ਆਉਂਦੇ ਰਹੇ, ਗਰੀਬੀ ਬਹੁਤ ਸੀ ਘਰ ਦੇ ਵਿੱਚ, ਆਪ ਵੀ ਇਹ ਠੀਕ ਨਹੀਂ ਗਏ, ਅਪਾਹਜ ਨੇ, ਕੰਮ ਨਹੀਂ ਕਰ ਸਕਦੇ। ਜਿਹੜਾ ਢੂਈ ਦੇ ਵਿੱਚ ਇਹਨਾਂ ਦੇ ਕੁੱਬ ਆ ਬਹੁਤ ਪਹਿਲਾਂ ਤੋਂ ਹੀ ਆ ਜੀ, ਬਾਅਦ 'ਚ ਐਕਸੀਡੈਂਟ ਤੋਂ ਬਾਅਦ ਟੈਂਪੂ ਚਲਾਉਂਦੇ ਸੀਗੇ, ਐਕਸੀਡੈਂਟ ਹੋ ਗਿਆ ਸੀ ਇਹਨਾਂ ਦਾ। ਅਤੇ ਇਸ ਤਰੀਕੇ ਨਾਲ ਘਰ ਦੇ ਵਿੱਚ ਬੱਚੇ ਵੱਡੇ ਹੋਈ ਜਾ ਰਹੇ ਨੇ। ਬਲਪ੍ਰੀਤ ਸਿੰਘ ਬੇਟੀ ਤੇਰਾ ਦਾ ਕੀ ਪੁੱਤ? ਮਨਪ੍ਰੀਤ। ਅਤੇ ਘਰ ਦੇ ਵਿੱਚ ਗਰੀਬੀ ਅੱਤਦੀ ਹੋ ਗਈ, ਉੱਪਰੋਂ ਭੈਣ ਕਮਲਜੀਤ ਕੌਰ ਦੇ ਉੱਪਰ ਇੱਕ ਸਰੀਰਕ ਤੌਰ 'ਤੇ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਗਈਆਂ, ਅੰਦਰ ਇੱਥੇ ਜ਼ਖਮ ਹੋ ਗਿਆ ਸੀ ਇੱਕ, ਜਿਵੇਂ ਤੁਸੀਂ ਸ਼ੁਰੂ 'ਚ ਤਸਵੀਰ 'ਚ ਦੇਖਿਆ ਉਹ ਜ਼ਖਮ ਵੱਧਦਾ ਜਾ ਰਿਹਾ ਸੀ ਚੈਸਟ ਦੇ ਉੱਪਰ। ਜਦੋਂ ਫਿਰ ਵਾਹਿਗੁਰੂ ਨੇ ਕਿਰਪਾ ਕੀਤੀ ਸਾਡੇ ਬਾਰੇ, ਭੈਣ ਉਹਨਾਂ ਨੂੰ ਪਤਾ ਲੱਗਿਆ, ਇਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ, ਇੱਥੇ ਆਏ ਅਤੇ ਅਸੀਂ ਸੰਗਤ ਦੇ ਸਹਿਯੋਗ ਨਾਲ ਭੈਣ ਨੂੰ ਹੋਸਪਿਟਲ 'ਚ ਦਾਖਲ ਕਰਾਇਆ, ਚੈੱਕਅਪ ਕਰਾਇਆ, ਤਾਂ ਉਹਨਾਂ ਨੇ ਦੱਸਿਆ ਵੀ ਭੈਣ ਦੇ ਚੈਸਟ ਦੇ ਵਿੱਚ ਕੈਂਸਰ ਆ। ਅਤੇ ਇੱਕ ਵਾਰੀ ਤਾਂ ਇਹ ਵੀ ਡਰ ਗਈ ਵਿਚਾਰੀ ਵੀ ਕੈਂਸਰ ਆ ਵੀ ਪਤਾ ਨਹੀਂ ਹੁਣ ਮੇਰਾ ਕੀ ਬਣੂ, ਪਰ ਉਹ ਵਾਹਿਗੁਰੂ, ਉਹ ਅੱਲਾ, ਉਹ ਰਾਮ, ਉਹ ਭਗਵਾਨ, ਜਦੋਂ ਉਹਦੀ ਨਿਗਾਹ ਸਿੱਧੀ ਹੁੰਦੀ ਹੈ ਫਿਰ ਸਭ ਕੁਛ ਹੀ ਸਵੱਲਾ ਹੋ ਜਾਂਦਾ। ਤਾਂ ਫਿਰ ਕਮਲਜੀਤ ਭੈਣ ਨੂੰ ਅਸੀਂ ਹਸਪਤਾਲ 'ਚ ਦਾਖਲ ਕਰਾਇਆ ਜਿੱਥੇ ਇਹਦਾ ਟ੍ਰੀਟਮੈਂਟ ਚੱਲਿਆ। ਡਾਕਟਰ ਸਤੀਸ਼ ਜੈਨ ਨੇ, ਕੈਂਸਰ ਦੇ ਸਪੈਸ਼ਲਿਸਟ ਨੇ ਡਾਕਟਰ, ਉਹਨਾਂ ਨੇ ਸਰਜਰੀ ਕਰਕੇ ਜਿਹਦੀ ਅੰਦਰ ਇਹਨਾਂ ਦੇ ਰਸੌਲੀ ਸੀਗੀ, ਸਿਸਟ ਸੀਗਾ ਉਹ ਕੈਂਸਰ ਦਾ, ਉਹ ਸਾਰਾ ਰਿਮੂਵ ਕਰਤਾ। ਅੱਜ ਤੋਂ 3 ਕੁ ਮਹੀਨੇ ਪਹਿਲਾਂ ਓਪਰੇਸ਼ਨ ਹੋਇਆ ਸੀਗਾ, ਉਸ ਤੋਂ ਬਾਅਦ ਕੈਂਸਰ ਬਿਲਕੁਲ ਠੀਕ ਹੋ ਗਿਆ ਸੀ ਭੈਣ ਦਾ। ਅਤੇ ਪਰ ਜਿਹੜੀ ਸਰਜਰੀ ਸੀਗੀ ਉਹ ਹੋਣੀ ਸੀਗੀ, ਜਿਹੜੀ ਸਕਿੰਨ ਸੀਗੀ ਉਹ ਸਾਰੀ ਉਹ ਲਗਾਈ ਜਾਣੀ ਸੀ ਚਿਹਰੇ ਦੇ ਨਾਲ ਥੱਲੇ ਜਿੱਥੇ ਚਿਹਰਾ ਪੂਰਾ ਜੁੜਿਆ ਹੋਇਆ ਸੀਗਾ। ਅਤੇ ਸ਼ਾਇਦ ਥੋੜ੍ਹਾ ਦੂਰੋਂ ਦਿਖਾਵਾਂਗੇ ਅਸੀਂ, ਆਹ ਭੈਣ ਦੀ ਹੁਣ ਚੇਸਟ ਆ, ਲੱਤ ਦੇ ਵਿੱਚੋਂ ਇਹਦੇ ਭੈਣ ਦੇ ਸਾਰਾ ਮਾਸ ਕੱਢ ਕੇ ਆ ਲੱਤ 'ਚੋਂ, ਤਾਂ ਕਰੀ ਪੁੱਤ ਮੰਗ ਲਾ ਕੋਈ ਭੈਣ, ਆਹ ਪੂਰੀ ਲੱਤ ਦੇ ਵਿੱਚੋਂ ਪੱਟ ਤਿੱਕਰ ਸਾਰੇ ਸਕਿੰਨ ਕੱਢ ਕੇ ਇਹਦੇ ਚੈਸਟ ਦੇ ਉੱਪਰ, ਇਹਦੇ ਗਾਲ ਦੇ ਉੱਪਰ ਸਾਰੇ ਉਹ ਸਕਿੰਨ ਲਗਾਈ ਗਈ। ਬੜਾ ਵੱਡਾ ਇੱਕ ਪਲਸਟ ਸਰਜਰੀ ਦਾ ਆਪਰੇਟ ਹੋਇਆ। ਡਾਕਟਰ ਟਾਹ ਰਵਿੰਦਰ ਸਿੰਘ ਟਾਹ ਨੇ, ਜਿਹੜੇ ਸਰਜਨ ਨੇ, ਪਲਸਟ ਸਰਜਰੀ ਦੇ ਡਾਕਟਰ ਨੇ, ਮੈਡੀਵੇ ਹੋਸਪਿਟਲ ਦੇ ਵਿੱਚ
ਉੱਥੇ ਫਿਰ ਭੈਣ ਦਾ ਇਹ ਆਪਰੇਸ਼ਨ ਹੋਇਆ ਵਾ। ਤੁਹਾਡੀਆਂ ਦੁਆਵਾਂ ਅਤੇ ਉਸ ਵਾਹਿਗੁਰੂ ਜੀ ਦੀ ਕਿਰਪਾ ਦੇ ਸਦਕਾ, ਤੁਹਾਡੀ ਸਪੋਰਟ ਦੇ ਸਦਕਾ ਭੈਣ ਦਾ ਆਪਰੇਸ਼ਨ ਸਕਸੈਸਫੁੱਲ ਹੋ ਗਿਆ ਵਾ। ਅੱਜ ਭੈਣ ਨੂੰ ਛੁੱਟੀ ਮਿਲ ਗਈ ਸੀਗੀ ਘਰ ਜਾਣ ਦੇ ਲਈ, ਪਰ ਘਰ ਦੇ ਵਿੱਚ ਇਕੱਲੇ ਹੀ ਆ, ਬੱਚੇ ਆ ਅਤੇ ਇਹਨਾਂ ਦੇ ਹਸਬੈਂਡ ਆ। ਘਰ ਇਹਨਾਂ ਦਾ ਪਿੰਡ ਦੇ ਵਿੱਚ ਬਹੁਤ ਅੰਦਰ ਵੀ ਜਾ ਕੇ ਭੀੜੀ ਗਲੀ ਦੇ ਵਿੱਚ ਆ, ਜਿੱਥੇ ਇੱਦਾਂ ਮੰਜੇ 'ਤੇ ਨਹੀਂ ਜਾ ਸਕਦੀ ਸੀ ਭੈਣ, ਬਹੁਤ ਭੀੜੀ ਆ ਗਲੀ। ਅਤੇ ਡਾਕਟਰ ਕਹਿੰਦੇ ਸੀ ਵੀ ਇੱਦਾਂ ਹੀ ਰਹਿਣਾ, ਇਹਨੇ ਹਿੱਲਣਾ ਨਹੀਂ, ਨਾ ਇਹਨੇ ਬੈੱਡ ਤੋਂ ਉੱਠਣਾ ਵਾ, ਅਤੇ ਇਸ ਤਰੀਕੇ ਨਾਲ ਪਏ ਪਏ ਰਹਿਣਾ ਵਾ, ਅਤੇ 3 ਦਿਨਾਂ ਬਾਅਦ 4 ਦਿਨਾਂ ਬਾਅਦ ਇਹਦੇ ਪੱਟੀ ਹੋਇਆ ਕਰਨੀ, ਵੀ ਤੁਸੀਂ ਹੋਸਪਿਟਲ ਲਿਆ ਕੇ ਪੱਟੀ ਕਰਾ ਲਿਆ ਕਰੋ। ਤਾਂ ਫਿਰ ਖਾਲਸਾ ਜੀ ਨੇ ਸਾਨੂੰ ਦੱਸਿਆ ਵੀ ਮੈਂ ਅਸੀਂ ਇਹਨੂੰ ਘਰੇ ਵੀ ਨਹੀਂ ਲਿਜਾ ਸਕਦੇ ਵੀ ਆਹ ਪ੍ਰੋਬਲਮ ਆ, ਤਾਂ ਫਿਰ ਅਸੀਂ ਹੁਣ ਇੱਥੇ ਰੱਖਣ ਦਾ ਅੱਜ ਫੈਸਲਾ ਲਿਆ। ਭੈਣ ਉਹਨਾਂ ਨੂੰ ਇੱਥੇ ਤੁਹਾਨੂੰ ਪਤਾ ਕਰੋਨਾ ਕਰਕੇ ਅਸੀਂ ਅੰਦਰ ਵੀ ਨਹੀਂ ਐਂਟਰ ਕਰ ਸਕਦੇ, ਪਰ ਜਿੱਥੇ ਵੀ ਅਸੀਂ ਬਾਹਰਲੇ ਪਾਸੇ ਬਣਾਈ ਹੈ ਇੱਕ ਵਾਰਡ ਜਿੱਥੇ ਹੋਸਪਿਟਲ 'ਚ ਆਉਣ ਵਾਲੇ ਮਰੀਜ਼ਾਂ ਵਾਸਤੇ, ਉੱਥੇ ਅਸੀਂ ਕਮਲਜੀਤ ਭੈਣ ਨੂੰ ਅੱਜ ਰੱਖਣ ਲੱਗੇ ਹਾਂ ਇੱਥੇ। ਅਤੇ ਤੁਹਾਨੂੰ ਇਹ ਜਾਣਕਾਰੀ ਦੇਣੀ ਸਾਡੀ ਇਸ ਕਰਕੇ ਜ਼ਰੂਰੀ ਸੀ ਵੀ ਤੁਹਾਡੀਆਂ ਦੁਆਵਾਂ ਦੀ ਲੋੜ ਆ ਹਜੇ ਵੀ, ਤੁਹਾਡੀਆਂ ਅਰਦਾਸਾਂ ਦੀ ਲੋੜ ਆ ਹਜੇ ਵੀ, ਕਿਉਂਕਿ ਸਰਜਰੀ ਬਹੁਤ ਵੱਡੀ ਆ, ਪੂਰੀ ਸਕਿੰਨ ਲਾਈ ਗਈ ਆ, ਗ੍ਰਾਫਟਿੰਗ ਹੋਈ, ਇਹਨੂੰ ਗ੍ਰਾਫਟਿੰਗ ਕਹਿੰਦੇ ਆ। ਅਤੇ ਅਰਦਾਸ ਕਰਿਓ ਵੀ ਇਹ ਸਾਰਾ ਸਕਸੈਸਫੁੱਲ ਹੋ ਜਾਵੇ, ਇਹਦੇ ਵਿੱਚ ਕੋਈ ਇਨਫੈਕਸ਼ਨ ਨਾ ਹੋਵੇ, ਇਹਦੇ ਵਿੱਚ ਕੋਈ ਦਿੱਕਤ ਨਾ ਆਵੇ ਇਸ ਭੈਣ ਨੂੰ, ਕਿਉਂਕਿ ਤਕਲੀਫਾਂ ਪਹਿਲਾਂ ਹੀ ਬਹੁਤ ਕੱਟੀਆਂ ਇਸ ਭੈਣ ਨੇ ਵਿਚਾਰੀ ਨੇ, ਇਹਦੇ ਪੂਰੇ ਪਰਿਵਾਰ ਨੇ। ਹੁਣ ਬੱਚਿਆਂ ਦੇ ਵੱਡੇ ਹੋਣ ਦਾ ਸਮਾਂ, ਬੱਚਿਆਂ ਦੇ ਭਵਿੱਖ ਬਣਨ ਦਾ ਸਮਾਂ ਵਾ। ਬਲਪ੍ਰੀਤ ਅਤੇ ਮਨਪ੍ਰੀਤ ਇਸ ਟਾਈਮ ਪੜ੍ਹਾਈ ਵਾਸਤੇ, ਚੰਗੇ ਜੀਵਨ ਵਾਸਤੇ ਤਿਆਰ ਨੇ, ਅਤੇ ਜੇ ਇਹ ਭੈਣ ਆ ਜਿਹੜੀ ਇਹ ਠੀਕ ਹੋ ਕੇ ਆਪਣੇ ਪੈਰਾਂ ਸਿਰ ਹੋ ਜਾਵੇ, ਆਪਣੇ ਬੱਚਿਆਂ ਨੂੰ ਪੜ੍ਹਾ ਸਕਦੀ ਹੈ, ਪੜ੍ਹੀ ਲਿਖੀ ਹੈ ਭੈਣ, ਐਜੂਕੇਟਡ ਅਤੇ, ਪਰ ਤੁਹਾਡੀਆਂ ਦੁਆਵਾਂ ਅਤੇ ਅਰਦਾਸਾਂ ਦੀ ਲੋੜ ਹੈ। ਅਤੇ ਨਾਲ ਦੀ ਨਾਲ ਇੱਕ ਬੇਨਤੀ ਆ, ਮੈਡੀਵੀ ਹੋਸਪਿਟਲ 'ਚ ਭੈਣ ਦਾ ਆਪਰੇਟ ਹੋਇਆ ਵਾ, ਉੱਥੇ ਕਮਲਜੀਤ ਕੌਰ ਭੈਣ ਦਾ ਜਿਹੜਾ ਬਿੱਲ ਆ ਉਹ ਹਜੇ ਪੇਂਡਿੰਗ ਪਿਆ ਵਾ, ਉੱਥੇ ਦੇਣ ਵਾਲਾ ਵਾ ਜਿਹੜਾ ਉਹ ਕੈਸ਼ ਦੇ ਵਿੱਚ ਨਹੀਂ ਲੈਂਦੇ, ਜਿਵੇਂ ਚੀਜ਼ਾਂ ਲਈਆਂ ਜਾਂਦੀਆਂ ਰਾਸ਼ਨ, ਕੱਪੜੇ, ਦਵਾਈਆਂ, ਬਿਲਡਿੰਗ ਦੇ ਮਟੀਰੀਅਲ, ਜਾਂ ਜਿਵੇਂ ਹੋਸਪਿਟਲਾਂ ਦੇ ਬਿੱਲ, ਦੁੱਧ ਦੇ ਬਿੱਲ, ਬਿਜਲੀ ਦੇ ਬਿੱਲ, ਅਤੇ ਜਾਂ ਕੋਈ ਹੋਰ ਇੱਦਾਂ ਦੇ ਬਿੱਲ ਜਿਹੜੇ ਸੰਗਤ ਆਪ ਆਪਣੇ ਹੱਥੀਂ ਇੱਥੇ ਆ ਕੇ ਦੇ ਕੇ ਜਾਂਦੇ ਨੇ, ਅਤੇ ਜਾਂ ਫਿਰ ਜਿਹੜੇ ਸਾਡੇ ਟੀਮ ਦੇ ਮੈਂਬਰ ਨੇ, ਵਲੰਟੀਅਰ ਨੇ ਸਾਡੇ, ਜਾਂ ਸਾਡੇ ਜਿਹੜੇ ਕਹਿ ਦਈਏ ਪਰਿਵਾਰ ਦੇ ਮੈਂਬਰ ਨੇ ਰਜਿਸਟਰਡ, ਉਹ ਸਾਡੇ ਨਾਲ ਕੌਂਟਰੀ ਕਰ ਸਕਦੇ ਨੇ। ਅਤੇ ਅਸੀਂ ਬੇਨਤੀ ਕਰਦੇ ਹਾਂ, ਕੋਵਿਡ ਦਾ ਟਾਈਮ ਆ, ਬਹੁਤ ਸੰਗਤ ਘੱਟ ਆ ਰਹੀ ਆ, ਪਹਿਲਾਂ ਅੱਗੇ ਕਿਤੇ ਕਹਿਣਾ ਨਹੀਂ ਸੀ ਪੈਂਦਾ, ਇੱਕ ਵਾਰੀ ਵੀਡੀਓ ਪਾ ਦੇ ਸੀ, ਸੰਗਤ ਆਪੇ ਸਭ ਕੁਛ ਕਰ ਦਿੰਦੇ ਸੀ, ਵਾਹਿਗੁਰੂ ਆਪਣੇ ਆਪ ਹੀ ਕਰਾ ਦਿੰਦੇ ਸਭ ਕੁਛ, ਪਰ ਹੁਣ ਸਾਡੀ ਬੇਨਤੀ ਆ ਵੀ ਕਮਲਜੀਤ ਕੌਰ ਭੈਣ ਦਾ ਜਿਹੜਾ ਉੱਥੇ ਬਿੱਲ ਆ ਹੋਸਪਿਟਲ ਦੇ ਵਿੱਚ ਜਾ ਕੇ ਤੁਸੀਂ ਸਿੱਧਾ ਉੱਥੇ ਪੇ ਕਰ ਸਕਦੇ ਹੋ, ਤਾਂ ਜੋ ਇਹ ਭੈਣ ਵੀ ਆਪਣੀ ਇੱਕ ਚੰਗੀ ਜ਼ਿੰਦਗੀ ਜਿਉਂ ਸਕੇ, ਇਹ ਆਪਣੇ ਬੱਚਿਆਂ ਨੂੰ ਪਾਲ ਸਕੇ। ਅਤੇ ਇਹ ਸਾਰਾ ਤੁਹਾਡੀਆਂ ਦੁਆਵਾਂ ਅਤੇ ਅਰਦਾਸਾਂ ਨਾਲ, ਤੁਹਾਡੀ ਸਪੋਰਟ ਦੇ ਸਦਕਾ ਹੀ ਅਸੀਂ ਕਰਵਾ ਪਾਏ ਹਾਂ, ਨਹੀਂ ਸਾਡੀ ਇੰਨੀ ਹੈਸੀਅਤ ਨਹੀਂ ਸੀ, ਇੰਨੀ ਔਕਾਤ ਨਹੀਂ ਸੀ ਵੀ ਅਸੀਂ ਇਸ ਭੈਣ ਦਾ ਇਲਾਜ ਕਰਾ ਪਾਉਂਦੇ। ਸੱਚੇ ਪਾਤਸ਼ਾਹ ਅੱਗੇ ਅਰਦਾਸ ਜ਼ਰੂਰ ਕਰਿਓ। ਭੈਣੇ ਹੁਣ ਕਿਵੇਂ, ਤੈਨੂੰ ਕਿਵੇਂ ਲੱਗਦਾ, ਠੀਕ ਹੈ? ਤੂੰ ਹੁਣ ਸੰਗਤ ਨੂੰ ਧੰਨਵਾਦ ਕਰ ਲਿਆ ਸਾਰਿਆਂ ਨੂੰ। ਮੈਂ ਪਹਿਲਾਂ ਤਾਂ ਆਪਣੇ ਵੱਡੇ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿਹਨੇ ਮੇਰਾ ਪਹਿਲਾਂ ਜਿਹੜੇ ਮੇਰਾ ਗਰਾਫ ਸੀ ਉਹ ਖਰਾਬ ਹੋ ਗਿਆ ਸੀਗਾ, ਉਸ ਤੋਂ ਬਾਅਦ ਮੇਰੇ ਵੀਰ ਨੇ ਫਿਰ ਮੈਨੂੰ ਕਿਹਾ ਭੈਣੇ ਦਾਖਲ ਹੋ, ਅਤੇ ਉੱਥੇ ਜਾ ਕੇ ਇਹਨਾਂ ਨੇ ਦਾਖਲ ਕਰਾਇਆ, ਅਤੇ ਮੇਰਾ ਦੁਬਾਰੇ ਸ਼ੁਰੂ ਟ੍ਰੀਟਮੈਂਟ ਦੁਬਾਰੇ ਸ਼ੁਰੂ ਕਰਾਈ ਇਹਨਾਂ ਨੇ, ਅਤੇ ਮੈਂ ਬਹੁਤ ਬਹੁਤ ਮੈਂ ਕਹਿੰਦੀ ਹਾਂ ਮੈਂ ਇੰਨਾ ਕਿਸੇ ਜਨਮ ਚ ਨਹੀਂ ਇਹਨਾਂ ਦਾ ਦੇ ਸਕਦੀ। ਭੈਣੇ ਵਾਹਿਗੁਰੂ ਦਾ ਸਾਡਾ ਕੁਛ ਨਹੀਂ, ਨਾ ਸਾਡੇ ਧੰਨਵਾਦ ਨਾ ਕਰ, ਵਾਹਿਗੁਰੂ ਦਾ ਕਰ, ਸੰਗਤ ਦਾ ਕਰ, ਜਿਹਨਾਂ ਨੇ ਸਾਰੀ ਸੰਗਤ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਸਹਿਯੋਗ ਦਿੱਤਾ ਅਤੇ ਮੈਨੂੰ ਅਰਦਾਸਾਂ ਬੇਨਤੀਆਂ ਕਰਕੇ ਮੈਨੂੰ ਠੀਕ ਕਰਵਾਇਆ। ਮੈਂ ਇਹੀ ਅਰਦਾਸ ਬੇਨਤੀ ਹੋਰ ਕਰਦੀ ਹਾਂ ਕਿ ਮੈਨੂੰ ਹੋਰ ਅਰਦਾਸ ਬੇਨਤੀ ਕਰੋ ਕਿ ਮੈਂ ਜਲਦੀ ਤੋਂ ਜਲਦੀ ਮੰਜੇ ਤੋਂ ਉੱਠ ਕੇ ਆਪਦੇ ਬੱਚਿਆਂ ਨੂੰ ਆਪ ਸਾਰਾ ਕੁਛ ਆਪਦੇ ਬੱਚਿਆਂ ਦਾ ਮੈਂ ਆਪ ਪਾਲਣ ਪੋਸ਼ਣ ਕਰਾਂ, ਅਤੇ ਮੈਂ ਆਪਦੇ ਬੱਚਿਆਂ ਨੂੰ ਦੇਖ ਰੇਖ ਆਪਦੇ ਬੱਚਿਆਂ ਨੂੰ ਆਪ ਕਰਾਂ। ਮੈਂ ਬਹੁਤ ਬਹੁਤ ਤੁਹਾਡੀ ਧੰਨਵਾਦ ਹਾਂ, ਵੱਡੇ ਵੀਰ ਜੀ ਤੋਂ ਮੈਂ ਬਹੁਤ ਬਹੁਤ ਧੰਨਵਾਦ ਹਾਂ, ਮੈਂ ਦੇਣ ਹੀ ਨਹੀਂ ਦੇ ਸਕਦੀ। ਨਾ ਪੜ੍ਹੇ ਆ ਨਾ ਕਹੇ, ਸਾਡੀ ਤਾਂ ਡਿਊਟੀ ਹੈ। ਇਹ ਕਮਲਜੀਤ ਕੌਰ ਭੈਣ ਦੇ ਜਜ਼ਬਾਤ ਸੀਗੇ, ਅਤੇ ਬਸ ਇੰਨੀਆਂ ਕਿ ਸਾਡੀਆਂ ਬੇਨਤੀਆਂ ਵਾ, ਕਬੂਲ ਕਰਿਓ ਅਤੇ ਸਾਨੂੰ ਬਲ ਬਖਸ਼ਣ ਸੱਚੇ ਪਾਤਸ਼ਾਹ, ਅਸੀਂ ਇਸ ਪਰਿਵਾਰ ਦੀ ਮਦਦ ਕਰ ਸਕੀਏ, ਅਤੇ ਜਿਹੜੇ ਸਾਡੇ ਹੋਰ ਵੀ ਪਰਿਵਾਰਕ ਮੈਂਬਰ ਆ ਅਸੀਂ ਉਹਨਾਂ ਦੀ ਵੀ ਮਦਦ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੰਤ ਤਾਂ ਇੱਕੋ ਹੀ ਗੱਲ ਕਹਿਣਾ ਚਾਹਾਂਗੇ, ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ, ਸੁਸਾਇਟੀ ਵਰਗੀਆਂ ਸੰਸਥਾਵਾਂ ਦਾ ਅਗਰ ਅਸੀਂ ਤਨ ਮਨ ਧਨ ਦੇ ਨਾਲ ਸਾਥ ਦਿੰਦੇ ਹਾਂ ਤਾਂ ਕਿਤੇ ਨਾ ਕਿਤੇ ਅਸੀਂ ਉਹਨਾਂ ਵਚਨਾਂ ਨੂੰ ਸੱਚ ਕਰਦੇ ਹਾਂ ਜਿਸ 'ਚ ਆਖਿਆ ਜਾਂਦਾ ਹੈ ਕਿ ਗਰੀਬ ਕਾ ਮੂੰਹ ਗੁਰੂ ਕੀ ਗੋਲਕ ਹੁੰਦੀ ਹੈ, ਕਿਉਂਕਿ ਗੁਰੂ ਦੀ ਗੋਲਕ ਵਿੱਚ ਅੱਜ ਪਾਇਆ ਪੈਸਾ ਕਿਤੇ ਨਾ ਕਿਤੇ ਸਿਆਸਤਦਾਨਾਂ ਦੇ ਘਰਾਂ ਦੇ ਵਿੱਚ ਜਾ ਕੇ ਡੁੱਲਦਾ ਹੈ, ਖੁੱਲ੍ਹਦਾ ਹੈ, ਪਰ ਅਜਿਹੀਆਂ ਸੰਸਥਾਵਾਂ ਜੋ ਤਨ ਮਨ ਧਨ ਦੇ ਨਾਲ ਗਰੀਬ ਗੁਰਬਿਆਂ ਦਾ ਧਿਆਨ ਰੱਖਦੀਆਂ ਨੇ, ਉਹਨਾਂ ਨੂੰ
अपने होण दा अहसास करवांदियां ने, उन्हां दे कीड़े कढ़दियां ने, उन्हां नूं छातियां लांदियां ने, प्यार देंदियां ने, सत्कार देंदियां ने। साडा फर्ज़ बनता है कि असीं अजिहियां संस्थावां दा जरूर वध चढ़ के साथ दईए, तां जो अजिहियां संस्थावां नूं कदे किसे चीज़ दी कमी ना होवे, कदे किसे चीज़ दी घाट ना होवे। इह संस्था दे नंबर स्क्रीन उत्ते चल रहे ने, ते इह संस्था दे विच जिस भी चीज़ दी जरूरत हुंदी है उह चीज़ तुसी आप खरीद के संस्था नूं मुहैया करवा सकते हो, क्योंकि यह संस्था किसी कोलों भी पैसा नहीं लैंदी। ते जेकर तुसी माली मदद करना चाहते हो तो मरीजां दे बिल जिन्हां भी हस्पतालां दे विच पेंडिंग पए ने वो आप जाके तुसी क्लीयर कर सकते हो। उस दी डिटेल्स भी पहलां दीआं वीडियोज़ दे विच दित्तियां जा चुकियां ने। वधेरे जानकारी वास्ते स्क्रीन उत्ते चल रहे नंबरां ते वी तुसी संपर्क कर सकते हो। उम्मीद करदा हां वीडियो तुसी वध तों वध लाइक अते शेयर करोगे तां जो वध तों वध संगतां तक इह मैसेज पहुँच सके ते वध तों वध सहयोग पहुँच सके मनुखता दी सेवा सब तों वड्डी सेवा नूं। बाकी अपनियां भावनावां नीचे कमेंट्स दे विच तुसी व्यक्त कर सकते हो। वाहेगुरू जी का खालसा, वाहेगुरू जी की फतेह। सिख धर्म दी हर गतिविधि अते गुरबाणी वास्ते हुणे सबसक्राइब करो गुरबाणी अखंड बाणी, अते नोटिफिकेशन्स वास्ते बैल नूं रिंग करो।